ਪਾਓਲੋ ਕੋਹਲੋ ਦਾ ਨਾਵਲ 11 ਮਿੰਟ ਦਾ ਅਗਲਾ ਹਿੱਸਾ। ਤਾਂ ਤੁਸੀਂ ਡਰਿੰਕ ਲੈਣਾ ਚਾਹੋਗੇ? ਕਿਸੇ ਹੋਰ ਦਿਨ ਗ੍ਰਾਹਕ ਮੇਰਾ ਇੰਤਜ਼ਾਰ ਕਰ ਰਹੇ ਹਨ। ਮਿਲਾਨ ਨੇ ਮਾਰਿਆ ਦੇ ਸ਼ਬਦ ਸੁਣ ਲਏ। ਉਹ ਗਲਤ ਸੀ, ਉਹਨੇ ਆਪਣੇ ਆਪ ਨੂੰ ਪਿਆਰ ਦੇ ਜਾਲ 'ਚ ਫਸਣ ਨਹੀਂ ਦਿੱਤਾ। ਫਿਰ ਵੀ ਉਹ ਰਾਤ ਬੀਤਣ ਬਾਰੇ ਸੋਚਦਾ ਰਿਹਾ ਕਿ ਉਹਨੇ ਉਸ ਰਾਤ ਇੱਕ ਬੁੱਢੇ ਆਦਮੀ ਅਤੇ ਇੱਕ ਘਟੀਆ ਜਿਹੇ ਲੇਖਕ ਅਤੇ ਇੱਕ ਬੀਮਾ ਵੇਚਣ ਵਾਲੇ ਨਾਲ ਸਮਾਂ ਬਤੀਤ ਕਰਨਾ ਕਿਉਂ ਪਸੰਦ ਕੀਤਾ। ਮਾਰਿਆ ਦਾ ਮਨ ਉਹਨੂੰ ਸਾਵਧਾਨ ਕਿਉਂ ਕਰ ਰਿਹਾ ਸੀ? ਕਿਉਂਕਿ ਉਹਨੂੰ ਲੱਗ ਰਿਹਾ ਸੀ ਕਿ ਉਸ ਚਿੱਤਰਕਾਰ ਦੇ ਨਾਲ ਵੀ ਅਜਿਹਾ ਹੀ ਕੁਝ ਹੋ ਰਿਹਾ ਸੀ। ਪਰ ਨਹੀਂ, ਉਹ ਸ਼ਾਇਦ ਗਲਤ ਸੀ। ਰੈਲਫ ਹਾਰਟ ਤਾਂ ਕਿਸੇ ਔਰਤ ਦੀ ਤਲਾਸ਼ 'ਚ ਸੀ ਜੋ ਉਹਦੇ ਨੇੜੇ ਅੱਗ ਲਗਾ ਰਿਹਾ ਸੀ, ਜੋ ਬੁੱਝ ਚੁੱਕੀ ਸੀ, ਉਹਨੂੰ ਕਾਮਦੇਵੀ ਬਣਾਉਣਾ ਚਾਹੁੰਦਾ ਸੀ। ਉਹ ਕਿਉਂ ਉਹਦੇ ਬਾਰੇ ਸੋਚ ਰਹੀ ਸੀ? ਕਿਉਂ ਅਜਿਹੇ ਵਿਅਕਤੀ ਬਾਰੇ ਸੋਚ ਰਹੀ ਸੀ ਜੋ ਉਸ ਸਮੇਂ ਵੀ ਸ਼ਾਇਦ ਕਿਸੇ ਹੋਰ ਔਰਤ ਨੂੰ ਇਹ ਕਹਿ ਦੇਵੇ ਕਿ ਉਹਦਾ ਚਿੱਤਰ ਬਣਾ ਰਿਹਾ, ਜਾਂ ਸ਼ਾਇਦ ਉਹਦੀ ਕਾਮਦੇਵੀ ਵਾਲੀ ਮੂਰਤੀ? ਮੈਂ ਇਸ ਲਈ ਉਹਦੇ ਬਾਰੇ ਸੋਚ ਰਹੀ ਹਾਂ ਕਿਉਂਕਿ ਮੈਂ ਉਸ ਨਾਲ ਗੱਲ ਕਰਨਾ ਚਾਹੁੰਦੀ ਸੀ। ਕੀ ਅਜੀਬ ਜਿਹੀ ਵਜ੍ਹਾ ਸੀ ਕਿ ਉਹ ਲਾਇਬ੍ਰੇਰੀਅਨ ਬਾਰੇ ਸੋਚਦੀ ਸੀ? ਨਹੀਂ, ਕੀ ਉਸ ਫਿਲਪਿਨੋ ਵਾਲੀ ਮਹਿਲਾ ਲਈ ਨਿਆਂ ਬਾਰੇ ਸੋਚ ਰਹੀ ਸੀ ਜੋ ਕੋਪਾਕਬਾਨਾ 'ਚ ਇਕੱਲੀ ਔਰਤ ਅਜਿਹੀ ਸੀ ਜਿਹਦੇ ਨਾਲ ਉਹ ਆਪਣੀਆਂ ਕੁਝ ਭਾਵਨਾਵਾਂ ਵੰਡ ਲੈਂਦੀ? ਨਹੀਂ, ਉਹ ਨਹੀਂ ਸੋਚਦੀ ਸੀ। ਅਤੇ ਇਹ ਉਹ ਲੋਕ ਸਨ ਜਿਨ੍ਹਾਂ ਨਾਲ ਗੱਲ ਕਰਨ 'ਤੇ ਉਹਨੂੰ ਸੁਖਦ ਅਹਿਸਾਸ ਹੁੰਦਾ ਸੀ। ਉਹਨੇ ਆਪਣਾ ਧਿਆਨ ਹੋਰ ਗੱਲਾਂ 'ਚ ਲਗਾਉਣਾ ਸ਼ੁਰੂ ਕਰ ਦਿੱਤਾ। ਉਹਨੇ ਇੱਕ ਲੰਬਾ ਪੱਤਰ ਆਪਣੇ ਪਿਤਾ ਨੂੰ ਲਿਖਿਆ ਜਿਸ 'ਚ ਉਹਨੇ ਆਪਣੀ ਜ਼ਮੀਨ ਖਰੀਦਣ ਦੀ ਇੱਛਾ ਦੇ ਬਾਰੇ ਵਿਸਥਾਰਪੂਰਵਕ ਲਿਖਿਆ ਜਿਸ ਨਾਲ ਉਹਦਾ ਪਰਿਵਾਰ ਖੁਸ਼ ਹੋ ਸਕੇ। ਉਹਨੇ ਪੱਤਰ 'ਚ ਨਿਸ਼ਚਿਤ ਤਰੀਕ ਨਹੀਂ ਲਿਖੀ ਕਿ ਉਹ ਕਦੋਂ ਆਏਗੀ, ਪਰ ਇਹ ਲਿਖਿਆ ਕਿ ਉਹ ਜਲਦੀ ਆਏਗੀ। ਜਿਵੇਂ ਜਿਵੇਂ ਦੁਪਹਿਰ ਢਲਦੀ ਗਈ, ਉਹਨੇ ਵੇਖਿਆ ਤੂਫਾਨ ਅਤੇ ਜਵਾਲਾਮੁਖੀ ਦਾ ਦਬਾਅ ਘੱਟ ਗਿਆ। ਉਹ ਜ਼ਿਆਦਾ ਆਰਾਮ ਮਹਿਸੂਸ ਕਰਨ ਲੱਗੀ। ਇਸ ਤਰ੍ਹਾਂ ਦੀ ਉਤੇਜਨਾ ਉਹਨੂੰ ਪਹਿਲਾਂ ਵੀ ਕਈ ਵਾਰ ਪਰੇਸ਼ਾਨ ਕਰ ਚੁੱਕੀ ਸੀ, ਪਰ ਅਗਲੇ ਦਿਨ ਤੱਕ ਉਸ ਚੀਜ਼ ਦਾ ਪ੍ਰਭਾਵ ਖਤਮ ਹੋ ਜਾਂਦਾ। ਚੰਗਾ ਹੀ ਸੀ ਕਿ ਉਹਨੂੰ ਪਿਆਰ ਕਰਨ ਵਾਲਾ ਪਰਿਵਾਰ ਸੀ, ਇੱਕ ਆਦਮੀ ਸੀ ਜੋ ਉਹਦੀ ਉਡੀਕ ਕਰ ਰਿਹਾ ਸੀ। ਜਿਹੜੀ ਸਭ ਤੋਂ ਮੁਸ਼ਕਲ ਘੜੀ ਸੀ ਉਹ ਮਾਰਿਆ ਪਾਰ ਕਰ ਚੁੱਕੀ ਸੀ, ਉਹ ਸੀ ਭਾਸ਼ਾ ਸਿੱਖਣਾ। ਅਰਬੀ ਆਦਮੀ ਜਿਹਦੇ ਨਾਲ ਉਹਨੇ ਪਹਿਲੀ ਰਾਤ ਬਿਤਾਈ ਸੀ, ਫਿਰ ਜਿਸ ਪ੍ਰਕਾਰ ਉਹਨੂੰ ਆਪਣੀ ਆਤਮਾ ਰਾਜ਼ੀ ਕਰਨ ਦਾ ਅਹਿਸਾਸ ਆਇਆ ਜੋ ਉਹ ਆਪਣੇ ਸਰੀਰ ਦੇ ਨਾਲ ਕਰ ਰਹੀ ਸੀ, ਉਹਦੇ ਬਾਰੇ 'ਚ ਉਹ ਸ਼ਿਕਾਇਤ ਨਾ ਕਰੇ। ਉਹ ਜਾਣਦੀ ਸੀ ਉਹਦੀ ਸ਼ਿਕਾਇਤ ਸੁਣਨ ਵਾਲਾ ਕੋਈ ਨਹੀਂ ਹੈ, ਅਤੇ ਉਹ ਆਪੇ ਵੀ ਨਹੀਂ। ਫਿਰ ਉਹਦਾ ਸੁਪਨਾ ਵੀ ਤਾਂ ਸੀ ਜੋ ਪੂਰਾ ਕਰਨਾ ਲਾਜ਼ਮੀ ਸੀ, ਜਿਹਨੂੰ ਸਾਕਾਰ ਕਰਨ ਲਈ ਉਹਨੇ ਹੱਦਾਂ ਪਾਰ ਕੀਤੀਆਂ। ਪਰ ਉਹਦੇ ਸੁਪਨੇ 'ਚ ਇੰਨੇ ਮਰਦ ਸ਼ਾਮਲ ਨਹੀਂ ਸਨ ਜਿੰਨੇ ਉਹਦੀ ਅਸਲੀ ਜ਼ਿੰਦਗੀ 'ਚ ਹੋ ਗਏ ਸਨ। ਘੱਟ ਤੋਂ ਘੱਟ ਉਹ ਹਰਗਿਜ਼ ਵੀ ਨਹੀਂ ਸੀ ਜੋ ਨਾ ਉਹਦੀ ਮਾਂ ਬੋਲੀ ਬੋਲ ਸਕਦੇ ਅਤੇ ਨਾ ਉਹਦੇ ਕਸਬੇ 'ਚ ਰਹਿਣ ਵਾਲੇ ਸਨ। ਉਹ ਸੋਚ ਰਹੀ ਸੀ ਉਹਨੇ ਚਿੱਤਰਕਾਰ ਨੂੰ ਇਹ ਕਿਉਂ ਨਹੀਂ ਆਖਿਆ, ਮੈਂ ਇਕੱਲੀ ਹਾਂ, ਮੈਂ ਵੀ ਦੁਖੀ ਹਾਂ ਜਿਵੇਂ ਤੁਸੀਂ ਹੋ। ਕੱਲ੍ਹ ਤੁਹਾਨੂੰ ਮੇਰੀ ਆਤਮਾ ਨਜ਼ਰ ਆਈ ਅਤੇ ਇਹ ਚੰਗੀ ਅਤੇ ਸੱਚੀ ਗੱਲ ਅੱਜ ਤੱਕ ਮੈਨੂੰ ਕਿਸੇ ਆਦਮੀ ਨੇ ਨਹੀਂ ਆਖੀ। ਰੇਡੀਓ 'ਤੇ ਉਸ ਸਮੇਂ ਪੁਰਾਣਾ ਗੀਤ ਵੱਜ ਰਿਹਾ ਸੀ, ਇਸ਼ਕ ਅਜਿਹਾ ਜੋ ਮੈਂ ਜੀ ਨਾ ਸਕੀ, ਉਹਨੂੰ ਜਿਉਣ ਤੋਂ ਪਹਿਲਾਂ ਮੇਰੀ ਮੌਤ ਆ ਗਈ। ਤੀਸਰੇ ਦਿਨ ਰੈਲਫ ਐਵੇਂ ਆਇਆ ਜਿਵੇਂ ਉਹ ਮੌਤ ਦੀ ਨੀਂਦ 'ਚ ਉੱਠ ਕੇ ਆਇਆ ਹੋਵੇ, ਪਰ ਉਸ ਵਕਤ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਮਾਰਿਆ ਗ੍ਰਾਹਕ ਨਾਲ ਸੀ। ਉਹਨੂੰ ਉਸ ਸਮੇਂ ਪਿਛਲੇ 3 ਦਿਨਾਂ ਦੀ ਉਡੀਕ 'ਚ ਬਿਤਾਇਆ ਸਮਾਂ ਯਾਦ ਆਉਣ ਲੱਗ ਗਿਆ। ਚਿੱਤਰਕਾਰ ਰੈਲਫ ਸਮਝ ਨਹੀਂ ਪਾ ਰਿਹਾ ਸੀ ਕਿ ਮਾਰਿਆ ਉਸ ਕੋਲੋਂ ਦੂਰ ਕਿਉਂ ਭੱਜ ਰਹੀ ਹੈ। ਅਸਲ 'ਚ ਮਾਰਿਆ ਇਹ ਸੋਚਦੀ ਸੀ ਕਿ ਇੱਕ ਦਿਨ ਤਾਂ ਉਹਨੇ ਇਸ ਸ਼ਹਿਰ ਨੂੰ ਛੱਡ ਕੇ ਚਲੀ ਜਾਣਾ, ਤਾਂ ਰੈਲਫ ਨਾਲ ਪਿਆਰ ਪਾਉਣ ਦਾ ਕੋਈ ਫਾਇਦਾ ਨਹੀਂ। ਫਿਰ ਉਹਦਾ ਦਿਲ ਟੁੱਟੇਗਾ, ਉਹਦੀ ਜ਼ਿੰਦਗੀ 'ਚ ਤਬਾਹੀ ਫੈਲੇਗੀ। ਪਹਿਲਾਂ ਹੀ ਮਾਰਿਆ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਤੋੜ ਕੇ ਪੈਸਿਆਂ ਦਾ ਇੰਤਜ਼ਾਮ ਕਰ ਰਹੀ ਸੀ ਤਾਂ ਕਿ ਉਹ ਖੁਸ਼ਹਾਲ ਜ਼ਿੰਦਗੀ ਜੀ ਸਕੇ। ਮਾਰਿਆ ਵਾਪਸ ਬਾਹਰ 'ਚ ਆ ਗਈ। ਉਹਨੇ ਵੇਖਿਆ ਰੈਲਫ ਮਤਲਬ ਚਿੱਤਰਕਾਰ ਉਹਦੀ ਉਡੀਕ 'ਚ ਅੱਜ ਵੀ ਬੈਠਾ ਹੈ।
ਉਹਨੇ ਮਾਰੀਆ ਨੂੰ ਵੇਖ ਕੇ ਪੁੱਛਿਆ, ਡਰਿੰਕ ਲੈਣਾ ਚਾਹੋਗੇ? ਤਾਂ ਮਾਰੀਆ ਨੇ ਡਰਿੰਕ ਤੋਂ ਇਨਕਾਰ ਕੀਤਾ, ਫਰੂਟ ਜੂਸ ਮੰਗਵਾਉਣ ਲਈ ਆਖਿਆ। ਬਾਹਰ ਦਾ ਮਾਲਕ ਗਲਾਸ ਧੋਣ ਦਾ ਦਿਖਾਵਾ ਕਰਦੇ ਹੋਏ ਮਾਰੀਆ ਨੂੰ ਘੂਰ ਰਿਹਾ ਸੀ। ਰੈਲਫ ਨੇ ਮਾਰੀਆ ਨਾਲ ਡਾਂਸ ਕਰਨ ਦੀ ਇੱਛਾ ਪੇਸ਼ ਕੀਤੀ। ਮਾਰੀਆ ਨੇ ਬਾਹਰ ਦੀ ਰਸਮ ਨਿਭਾਉਂਦੇ ਹੋਏ ਉਹਦੀ ਇੱਛਾ ਦਾ ਮਾਣ ਰੱਖਿਆ। ਮਾਰੀਆ ਨੇ ਰੈਲਫ ਦੀ ਕਮਰ 'ਤੇ ਹੱਥ ਰੱਖਿਆ, ਉਹਦੀਆਂ ਗੱਲਾਂ ਨਾਲ ਆਪਣੀਆਂ ਗੱਲਾਂ ਲਗਾਈਆਂ, ਡਾਂਸ ਕਰਨ ਲੱਗੀ। ਸੰਗੀਤ ਹੌਲੀ ਚੱਲ ਰਿਹਾ ਸੀ ਜਿਸ ਨਾਲ ਨਿੱਜੀ ਗੱਲ ਕਰਨਾ ਸੰਭਵ ਸੀ। ਦੋਵੇਂ ਡਾਂਸ ਕਰਦੇ ਰਹੇ ਅਤੇ ਰੈਲਫ ਨੇ ਕਿਹਾ ਕਿ ਕੀ ਉਹ ਹੋਟਲ ਚੱਲੇਗੀ? ਰੈਲਫ ਨੇ ਇੱਕ ਵਾਰ ਮਾਰੀਆ ਨੂੰ ਕਿਹਾ ਸੀ ਕਿ ਸੈਕਸ 'ਚ ਉਹਦੀ ਕੋਈ ਰੁਚੀ ਨਹੀਂ। ਮਾਰੀਆ ਹੁਣ ਇਹ ਸੁਣ ਕੇ ਹੈਰਾਨ ਹੋਈ ਕਿ ਰੈਲਫ ਹੋਟਲ ਚੱਲਣ ਲਈ ਕਿਉਂ ਆਖ ਰਿਹਾ ਜਦਕਿ ਉਹਦੀ ਸੈਕਸ 'ਚ ਰੁਚੀ ਨਹੀਂ ਹੈ। ਮਾਰੀਆ ਰੈਲਫ ਨਾਲ ਹੋਟਲ ਗਈ ਅਤੇ ਸੋਚਣ ਲੱਗੀ ਅੱਜ ਦੀ ਰਾਤ ਉਹਦੀ ਸਮਝਦਾਰ ਮਾਂ ਵਾਂਗ ਹੋਏਗੀ, ਕਿਉਂਕਿ ਰੈਲਫ ਉਹਨਾਂ ਸੈਂਕੜੇ ਮਰਦਾਂ ਵਿੱਚੋਂ ਇੱਕ ਹੈ ਜੋ ਨਿਰਾਸ਼ਾ ਅਤੇ ਪੀੜ ਦੇਣ ਵਾਲੇ ਹੁੰਦੇ ਹੈ। ਜੇਕਰ ਉਹ ਆਪਣੀ ਭੂਮਿਕਾ ਸਹੀ ਢੰਗ ਨਾਲ ਨਿਭਾ ਸਕੀ ਅਤੇ ਉਹਨਾਂ ਨਿਯਮਾਂ 'ਤੇ ਚੱਲਦੀ ਰਹੀ ਜੋ ਕੋਪਾ ਕਬਾਨਾ ਵਿੱਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੈਅ ਹੋਏ ਸੀ, ਤਾਂ ਕੋਈ ਚਿੰਤਾ ਨਹੀਂ। ਉਂਝ ਤਾਂ ਕਾਫੀ ਖਤਰਨਾਕ ਗੱਲ ਸੀ ਕਿਉਂਕਿ ਉਹ ਆਦਮੀ ਉਹਦੇ ਕਾਫੀ ਨੇੜੇ ਸੀ। ਹੁਣ ਮਾਰੀਆ ਨੂੰ ਉਹਦੀ ਖੁਸ਼ਬੂ ਦਾ ਅਹਿਸਾਸ ਹੋਣ ਲੱਗਾ, ਉਹਦੀ ਛੋਹ ਨੂੰ ਉਹ ਮਹਿਸੂਸ ਕਰਨ ਲੱਗੀ। ਉਹਦਾ ਛੋਹਣਾ ਮਾਰੀਆ ਨੂੰ ਇਵੇਂ ਲੱਗ ਰਿਹਾ ਸੀ ਜਿਵੇਂ ਠੰਡੀ ਹਵਾ ਦਾ ਬੁੱਲਾ ਉਹਦੇ ਸਰੀਰ ਨੂੰ ਅਤੇ ਉਹਦੀ ਮਾਨਸਿਕਤਾ ਨੂੰ ਠੰਡ ਪਾ ਰਿਹਾ ਹੋਵੇ। ਮਾਰੀਆ ਨੂੰ ਇਸ ਤਰ੍ਹਾਂ ਕਿਸੇ ਨੇ ਨਹੀਂ ਛੂਹਿਆ ਸੀ, ਨਾ ਹੀ ਉਹਨੂੰ ਕਿਸੇ ਦਾ ਛੂਹਣਾ ਇੰਨਾ ਚੰਗਾ ਲੱਗਾ ਸੀ ਜਿੰਨਾ ਅੱਜ ਲੱਗ ਰਿਹਾ ਸੀ। 45 ਮਿੰਟ ਦਾ ਸਮਾਂ ਬੀਤ ਗਿਆ। ਮਾਰੀਆ ਅਤੇ ਰੈਲਫ ਬਾਰ 'ਚ ਵਾਪਸ ਆ ਗਏ। ਰੈਲਫ ਨੇ ਬਾਰ ਦੇ ਮਾਲਕ ਨੂੰ ਆਖਿਆ, ਮੈਂ ਇਸ ਲੜਕੀ ਨਾਲ ਪੂਰੀ ਰਾਤ ਬਿਤਾਉਣਾ ਚਾਹੁੰਦਾ, ਉਹਦੇ ਲਈ ਮੈਂ 3 ਗਾਹਕਾਂ ਦਾ ਪੈਸਾ ਦਿਆਂਗਾ। ਬਾਰ ਮਾਲਕ ਨੇ ਸੋਚਿਆ ਕਿ ਲੱਗਦਾ ਹੈ ਬ੍ਰਾਜ਼ੀਲੀਅਨ ਲੜਕੀ ਉਹਦੇ ਪਿਆਰ ਦੇ ਜਾਲ 'ਚ ਫਸ ਜਾਏਗੀ, ਪਰ ਮਾਰੀਆ ਨੂੰ ਹੈਰਾਨੀ ਸੀ ਕਿ ਰੈਲਫ ਇਹ ਸਾਰੇ ਨਿਯਮ ਕਿਵੇਂ ਜਾਣਦਾ ਹੈ। ਰੈਲਫ ਨੇ ਕਿਹਾ, ਮਾਰੀਆ ਚੱਲ ਮੇਰੇ ਨਾਲ ਮੇਰੇ ਘਰ, ਸ਼ਾਇਦ ਇਹੀ ਚੰਗਾ ਰਹੇਗਾ, ਮਾਰੀਆ ਨੇ ਸੋਚਿਆ। ਹਾਲਾਂਕਿ ਇਹ ਗੱਲ ਮਿਲਾਨ ਦੇ ਨਿਰਦੇਸ਼ ਦੇ ਵਿਰੁੱਧ ਸੀ, ਪਰ ਮਾਰੀਆ ਨੇ ਚਿੱਤਰਕਾਰ ਰੈਲਫ ਦੀ ਗੱਲ ਮੰਨ ਲਈ। ਮਾਰੀਆ ਨੇ ਸੋਚਿਆ, ਚੱਲ ਇਹ ਤਾਂ ਪਤਾ ਲੱਗ ਜਾਏਗਾ ਕਿ ਰੈਲਫ ਵਿਆਹਤਾ ਹੈ ਜਾਂ ਕੁਆਰਾ ਹੈ, ਇਸ ਮਸ਼ਹੂਰ ਚਿੱਤਰਕਾਰ ਦਾ ਘਰ ਬਾਰ ਕਿਹੋ ਜਿਹਾ, ਰਹਿਣ ਸਹਿਣ ਕਿਹੋ ਜਿਹਾ। ਫਿਰ ਅੱਧੇ ਘੰਟੇ ਬਾਅਦ ਉਹ ਜਨੇਵਾ ਦੇ ਕੋਲ ਇੱਕ ਛੋਟੇ ਜਿਹੇ ਪਿੰਡ ਕਲੋਨੀ 'ਚ ਪਹੁੰਚ ਗਏ ਜਿੱਥੇ ਇੱਕ ਗਿਰਜਾ ਘਰ ਸੀ, ਬੇਕਰੀ ਸੀ, ਟਾਊਨ ਹਾਲ ਸੀ। ਉਹਦਾ 2 ਮੰਜ਼ਿਲਾ ਘਰ ਸੀ ਜਿੱਥੇ ਉਹ ਰਹਿੰਦਾ ਸੀ, ਬੇਹੱਦ ਖੂਬਸੂਰਤ, ਜਿਵੇਂ ਦਾ ਮਾਰੀਆ ਸੁਪਨੇ 'ਚ ਵੇਖਦੀ ਸੀ। ਮਾਰੀਆ ਦੀ ਪ੍ਰਤੀਕਿਰਿਆ ਇਹ ਸੀ ਕਿ ਚਿੱਤਰਕਾਰ ਬਹੁਤ ਅਮੀਰ ਹੋਏਗਾ। ਦੂਜੀ ਪ੍ਰਤੀਕਿਰਿਆ ਸੀ ਕਿ ਜੇਕਰ ਉਹ ਵਿਆਹਤਾ ਹੁੰਦਾ ਤਾਂ ਉਹਦੀ ਹਿੰਮਤ ਘਰ ਲੈ ਕੇ ਆਉਣ ਦੀ ਨਾ ਹੁੰਦੀ, ਕਿਉਂਕਿ ਉਹ ਮਾਰੀਆ ਨੂੰ ਬੇਝਿਜਕ ਆਪਣੇ ਘਰ ਲੈ ਆਇਆ ਸੀ, ਮਤਲਬ ਉਹ ਇਕੱਲਾ ਸੀ ਅਤੇ ਅਮੀਰ ਸੀ। ਉਹ ਇੱਕ ਹਾਲ ਅੰਦਰ ਪਹੁੰਚੇ ਜਿੱਥੋਂ ਪੌੜੀਆਂ ਦੂਜੀ ਮੰਜ਼ਿਲ ਵੱਲ ਜਾਂਦੀਆਂ ਸੀ। ਘਰ ਦੇ ਪਿਛਵਾੜੇ ਵੱਲ 2 ਕਮਰੇ, ਬਗੀਚਾ ਸੀ। ਇੱਕ ਕਮਰੇ 'ਚ ਟੇਬਲ ਲੱਗਿਆ, ਦੀਵਾਰਾਂ ਪੇਂਟਿੰਗਾਂ ਨਾਲ ਭਰੀਆਂ ਸੀ, ਕੁਰਸੀਆਂ 'ਤੇ ਸੋਫੇ ਲੱਗੇ ਸੀ, ਕਿਤਾਬਾਂ ਨਾਲ ਸ਼ੈਲਫ ਭਰੇ ਸੀ। ਬੁਝੀਆਂ ਹੋਈਆਂ ਸਿਗਰਟਾਂ ਦੇ ਟੁਕੜੇ ਡਿੱਗੇ ਪਏ ਸੀ ਅਤੇ ਗੰਦੇ ਗਲਾਸ ਪਏ ਸੀ। ਰੈਲਫ ਨੇ ਕਿਹਾ, ਤੂੰ ਕੌਫੀ ਲਏਂਗੀ? ਮਾਰੀਆ ਨੇ ਨਾ ਸਿਰ ਹਿਲਾਇਆ। ਤੁਸੀਂ ਮੇਰੇ ਨਾਲ ਅਲੱਗ ਵਿਹਾਰ ਕਿਉਂ ਕਰ ਰਹੇ ਹੋ? ਮੈਂ ਜੋ ਨਾ ਕਰਨ ਦੀ ਕਸਮ ਖਾਧੀ ਹੈ, ਤੁਸੀਂ ਉਹਨੂੰ ਤੋੜਨ ਕਿਉਂ ਲੱਗੇ ਹੋ? ਮੈਂ ਅੱਜ ਰਾਤ ਵੇਸ਼ਵਾ ਹਾਂ, ਤੁਹਾਡੀ ਦੋਸਤ ਨਹੀਂ। ਜਦੋਂ ਕੰਮ ਖਤਮ ਹੋ ਜਾਏਗਾ, ਜਿਸ ਕੰਮ ਲਈ ਅਸੀਂ ਇੱਥੇ ਆਏ ਹਾਂ, ਤੁਸੀਂ ਦੋਸਤ ਦੀ ਭੂਮਿਕਾ ਨਿਭਾ ਲੈਣਾ ਅਤੇ ਕੌਫੀ ਵੀ ਪਿਲਾ ਦੇਣਾ। ਰੈਲਫ ਮਾਰੀਆ ਦੀ ਗੱਲ ਸੁਣਦਾ ਰਿਹਾ, ਪਰ ਉਹਨੇ ਇਹਨਾਂ ਗੱਲਾਂ ਦਾ ਉੱਤਰ ਨਾ ਦਿੱਤਾ ਅਤੇ ਗੱਲਾਂ ਦਾ ਰੁੱਖ ਮੋੜਦਾ ਰਿਹਾ। ਰੈਲਫ ਨੇ ਕਿਹਾ, ਬਗੀਚੇ ਦੇ ਨੀਚੇ ਮੇਰਾ ਸਟੂਡੀਓ ਹੈ, ਜਿਸ 'ਚ ਮੇਰੀ ਆਤਮਾ ਅਤੇ ਇਹਨਾਂ ਚਿੱਤਰਾਂ ਅਤੇ ਕਿਤਾਬਾਂ ਦੇ ਵਿੱਚ ਮੇਰਾ ਦਿਮਾਗ ਹੈ। ਮੈਂ ਇਹੀ ਸੋਚਦਾ। ਮਾਰੀਆ ਨੂੰ ਆਪਣਾ ਅਪਾਰਟਮੈਂਟ ਯਾਦ ਆ ਗਿਆ।
ਜਿੱਥੇ ਨਾ ਬਗੀਚਾ ਸੀ, ਨਾ ਜ਼ਿਆਦਾ ਕਿਤਾਬਾਂ, ਨਾ ਲਾਇਬ੍ਰੇਰੀ, ਨਾ ਕੋਈ ਪੇਂਟਿੰਗ। ਰੈਲਫ ਨੇ ਵਿਸਕੀ ਦੀ ਬੋਤਲ ਚੁੱਕੀ ਅਤੇ ਉਹਦੇ ਅੱਗੇ ਇੱਕ ਪੈਗ ਰੱਖਿਆ। ਨਹੀਂ ਚਾਹੀਦਾ, ਧੰਨਵਾਦ, ਮਾਰੀਆ ਨੇ ਰੁੱਖੇਪਣ ਨਾਲ ਕਿਹਾ। ਉਹਨੇ ਫਿਰ ਆਪਣੇ ਲਈ ਪੈਗ ਬਣਾਇਆ, ਪਰ ਬਿਨਾਂ ਬਰਫ਼ ਦੇ ਅਤੇ ਬਿਨਾਂ ਸੁਆਦ ਦਾ ਮਜ਼ਾ ਲਏ ਉਹਨੇ ਇੱਕੋ ਘੁੱਟ 'ਚ ਵਾਈਨ ਪੀਤੀ। ਫਿਰ ਉਹ ਬੁੱਧੀਮਾਨ ਭਰੀਆਂ ਗੱਲਾਂ ਕਰਨ ਲੱਗਾ ਜੋ ਕਾਫ਼ੀ ਦਿਲਚਸਪ ਸਨ। ਰੈਲਫ ਨੇ ਕਿਹਾ, ਮੈਂ ਤੈਨੂੰ ਪਸੰਦ ਕਰਦਾ ਅਤੇ ਤੇਰੇ ਨਾਲ ਰਹਿਣਾ ਚਾਹੁੰਦਾ, ਤੇਰੀ ਮੈਨੂੰ ਬਹੁਤ ਜ਼ਰੂਰਤ ਹੈ। ਮਾਰੀਆ ਨੂੰ ਹੈਰਾਨੀ ਹੋਈ, ਪਰ ਉਹਨੇ ਆਪਣੇ ਆਪ 'ਤੇ ਕਾਬੂ ਕੀਤਾ। ਰੈਲਫ ਨੇ ਕਿਹਾ, ਤੈਨੂੰ ਲੱਗਦਾ ਹੋਏਗਾ ਮੈਂ ਤੈਨੂੰ ਪਿਆਰ ਦੇ ਜਾਲ 'ਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ, ਤੈਨੂੰ ਆਪਣੀਆਂ ਮਿੱਠੀਆਂ ਗੱਲਾਂ 'ਚ ਫਸਾ ਰਿਹਾ, ਪਰ ਅਜਿਹਾ ਨਹੀਂ ਹੈ। ਸੱਚਮੁੱਚ ਮੈਂ ਤੈਨੂੰ ਪਿਆਰ ਕਰਦਾ। ਜੇ ਮੈਂ ਚੰਗੀ ਤਰ੍ਹਾਂ ਸਮਝ ਸਕਦਾ ਤਾਂ ਮੈਂ ਸ਼ਾਇਦ ਇਹੀ ਆਖਦਾ ਕਿ ਜੋ ਔਰਤ ਅੱਜ ਮੇਰੇ ਅੱਗੇ ਬੈਠੀ ਹੈ, ਉਹ ਤਕਲੀਫਾਂ ਨਾਲ ਲੜ ਕੇ, ਜੂਝ ਕੇ ਆਪਣੀ ਜ਼ਿੰਦਗੀ ਨੂੰ ਸਕਾਰਾਤਮਕ ਕਰ ਰਹੀ ਹੈ। ਮੈਂ ਤੈਨੂੰ ਸਮਝ ਲਿਆ, ਤੇਰੀ ਆਤਮਾ ਨੂੰ ਸਮਝ ਲਿਆ, ਉਹ ਕਿੰਨੀ ਪਵਿੱਤਰ ਹੈ, ਉਸ ਅੰਦਰ ਕੋਈ ਵੇਸਵਾ ਨਹੀਂ ਬੈਠੀ। ਪਿਆਰੀ ਅਤੇ ਮਾਸੂਮ ਕੰਨਿਆ ਬੈਠੀ ਹੈ ਜੋ ਕੁਆਰੀ ਹੈ, ਜਿਹਨੂੰ ਕਿਸੇ ਮਰਦ ਨੇ ਨਹੀਂ ਛੂਹਿਆ, ਜੋ ਪਾਕ ਪਵਿੱਤਰ ਹੈ। ਮੈਨੂੰ ਕੁਝ ਜਾਣਨ ਦੀ ਜ਼ਰੂਰਤ ਨਹੀਂ ਰਹੀ ਕਿਉਂਕਿ ਮੈਂ ਤੈਨੂੰ ਜਾਣ ਲਿਆ। ਰੈਲਫ ਬੋਲਦਾ ਰਿਹਾ, ਮਾਰੀਆ ਉਹਦੀਆਂ ਅੱਖਾਂ 'ਚ ਸੱਚ ਵੇਖ ਕੇ ਚੁੱਪ ਚਾਪ ਉਹਦੀਆਂ ਗੱਲਾਂ ਸੁਣਦੀ ਰਹੀ। ਮਾਰੀਆ ਕੋਲ ਚਿਹਰਿਆਂ ਨੂੰ ਪੜ੍ਹਨ ਦਾ ਹੁਨਰ ਸੀ, ਉਹ ਸਾਫ਼ ਸਾਫ਼ ਰੈਲਫ ਦੇ ਚਿਹਰੇ ਦੀ ਸਕਾਰਾਤਮਕਤਾ ਨੂੰ ਪੜ੍ਹ ਰਹੀ ਸੀ, ਉਹਦੇ ਹਿਰਦੇ 'ਚ ਉਪਜੀ ਹੋਈ ਪਿਆਰ ਦੀ ਸੋਝ ਸ਼ਕਤੀ ਨੂੰ ਪੜ੍ਹ ਰਹੀ ਸੀ। ਮਾਰੀਆ ਨੇ ਰੈਲਫ ਨੂੰ ਹੌਲੀ ਜਿਹੀ ਕਿਹਾ, ਮੈਂ ਸਭ ਜਾਣਦੀ ਹਾਂ। ਰੈਲਫ ਨੇ ਕਿਹਾ, ਨਹੀਂ, ਤੂੰ ਇਹ ਨਹੀਂ ਜਾਣਦੀ ਕਿ ਇਕੱਲਾਪਣ ਕੀ ਹੁੰਦਾ, ਕਿਵੇਂ ਦਾ ਹੁੰਦਾ। ਮੈਂ ਜਾਣਦੀ ਹਾਂ। ਮੈਂ ਤੁਹਾਨੂੰ ਕੀ ਦੇ ਸਕਦੀ ਹਾਂ ਜੋ ਤੁਹਾਡੇ ਕੋਲ ਨਹੀਂ ਹੈ, ਮਾਰੀਆ ਨੇ ਪੁੱਛਿਆ। ਮੈਂ ਤੇਰਾ ਪਿਆਰ ਖਰੀਦ ਨਹੀਂ ਸਕਦਾ। ਤੈਨੂੰ ਤਾਂ ਅੱਜ ਦੀ ਰਾਤ ਲਈ ਖਰੀਦ ਲਿਆ, ਪਰ ਤੇਰੇ ਪਿਆਰ ਨੂੰ ਖਰੀਦਣ ਲਈ ਮੇਰੇ ਕੋਲ ਕੁਝ ਨਹੀਂ। ਤੇਰੇ ਪਿਆਰ ਦੀ ਕੀਮਤ ਤਾਂ ਮੈਂ ਖੁਦ ਨੂੰ ਵੇਚ ਕੇ ਵੀ ਚੁਕਾ ਨਹੀਂ ਪਾਵਾਂਗਾ, ਅਤੇ ਨਾ ਹੀ ਮੇਰੇ ਕੋਲ ਕੋਈ ਖਜ਼ਾਨਾ ਹੈ ਜਿਹਨੂੰ ਲੁਟਾ ਕੇ ਮੈਂ ਤੇਰਾ ਪਿਆਰ ਪਾ ਲਵਾਂ। ਰੈਲਫ ਮੱਧਮ ਆਵਾਜ਼ 'ਚ ਬੋਲਦਾ ਰਿਹਾ, ਉਹਦੇ ਬੋਲ ਦਿਲ ਛੋਹ ਰਹੇ ਸਨ। ਮਾਰੀਆ ਨੇ ਆਖਿਆ, ਮੈਂ ਦੇਸ਼ ਦੇ ਦੋ ਸਥਾਨਾਂ ਨੂੰ ਜਾਣਦੀ ਹਾਂ, ਇੱਕੋ ਕਸਬਾ ਜਿੱਥੇ ਮੈਂ ਜਨਮ ਲਿਆ, ਦੂਜਾ ਬਾਹਰ। ਜਿੱਥੋਂ ਤੱਕ ਸੈਕਸ ਦਾ ਸੰਬੰਧ ਹੈ ਤਾਂ ਮੈਨੂੰ ਲੱਗਦਾ ਮੈਂ ਤੈਨੂੰ ਕੁਝ ਸਿਖਾ ਸਕਦੀ ਹਾਂ। ਮੈਂ ਲਗਭਗ 23 ਸਾਲ ਦੀ ਹਾਂ, ਤੁਸੀਂ ਮੇਰੇ ਕੋਲ 6 ਸਾਲ ਵੱਡੇ ਹੋ, ਪਰ ਮੈਂ ਜਾਣਦੀ ਹਾਂ ਤੁਸੀਂ ਭਰਪੂਰ ਜ਼ਿੰਦਗੀ ਜੀ ਚੁੱਕੇ ਹੋ। ਮੈਂ ਉਹ ਕਰਦੀ ਹਾਂ ਜੋ ਪੈਸੇ ਦੇ ਕੇ ਮਰਦ ਮੇਰੇ ਕੋਲੋਂ ਕਰਵਾਉਣਾ ਚਾਹੁੰਦੇ ਹਨ, ਨਾ ਕਿ ਉਹ ਜੋ ਮੈਂ ਕਰਨਾ ਚਾਹੁੰਦੀ ਹਾਂ। ਮੈਂ ਉਹ ਸਭ ਕਰਕੇ ਵੇਖ ਲਿਆ ਜਿਹਦਾ ਸੁਪਨਾ ਮਰਦ ਵੇਖਦੇ ਹਨ, ਉਹ ਵੀ ਇੱਕ ਨਹੀਂ 3 ਔਰਤਾਂ ਨਾਲ, ਪਰ ਮੈਨੂੰ ਨਹੀਂ ਲੱਗਦਾ ਉਹ ਮੈਨੂੰ ਕੁਝ ਸਿਖਾ ਪਾਈਆਂ। ਫਿਰ ਤੂੰ ਕੀ ਸਿਖਾਏਂਗੀ, ਰੈਲਫ ਨੇ ਬੇਝਿਜਕਤਾ ਨਾਲ ਕਿਹਾ। ਫਿਰ ਕੁਝ ਸਮਾਂ ਖਾਮੋਸ਼ੀ ਰਹੀ, ਪਰ ਇਸ ਵਾਰ ਮਾਰੀਆ ਨੇ ਚੁੱਪੀ ਤੋੜੀ ਅਤੇ ਰੈਲਫ ਨੇ ਉਹਦੀ ਕੋਈ ਸਹਾਇਤਾ ਨਹੀਂ ਕੀਤੀ, ਠੀਕ ਉਵੇਂ ਜਿਵੇਂ ਮਾਰੀਆ ਨੇ ਨਹੀਂ ਕੀਤੀ ਸੀ। ਕੀ ਤੁਸੀਂ ਮੈਨੂੰ ਪੇਸ਼ੇਵਰ ਦੇ ਰੂਪ 'ਚ ਚਾਹੁੰਦੇ ਹੋ? ਮੈਂ ਤੈਨੂੰ ਹਰ ਰੂਪ 'ਚ ਚਾਹੁੰਦਾ, ਜਿਸ ਵਿੱਚ ਤੂੰ ਚਾਹੇਂਗੀ ਉਹੀ ਮੈਂ ਚਾਹੂੰਗਾ। ਨਹੀਂ, ਉਹ ਅਜਿਹਾ ਨਹੀਂ ਆਖ ਸਕਦਾ, ਕਿਉਂਕਿ ਠੀਕ ਇਹੀ ਗੱਲ ਤਾਂ ਮੈਂ ਸੁਣਨਾ ਚਾਹੁੰਦੀ ਸੀ। ਉਹਨੂੰ ਆਪਣੇ ਹੀ ਜਾਲ 'ਚੋਂ ਨਿਕਲਣਾ ਮੁਸ਼ਕਲ ਲੱਗਿਆ। ਤੂੰ ਜਾਣਦੀ ਹੈ ਮੈਂ ਕੀ ਕਹਿ ਰਿਹਾ? ਮਾਰੀਆ, ਸਿਖਾ ਦਿਓ ਮੈਨੂੰ, ਸ਼ਾਇਦ ਮੈਂ ਬਚ ਜਾਵਾਂ, ਸ਼ਾਇਦ ਮੈਂ ਤੈਨੂੰ ਵੀ ਬਚਾ ਲਵਾਂ, ਆਪਾਂ ਦੋਵੇਂ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕੀਏ ਅਤੇ ਹੱਸ ਖੇਡ ਜ਼ਿੰਦਗੀ ਜੀ ਸਕੀਏ। ਮੈਂ ਜਾਣਦਾ ਮੈਂ ਤੇਰੇ ਕੋਲੋਂ 6 ਸਾਲ ਵੱਡਾ ਅਤੇ ਕਈ ਜ਼ਿੰਦਗੀਆਂ ਜੀ ਚੁੱਕਿਆ, ਪਰ ਤੇਰੇ ਅਤੇ ਮੇਰੇ ਅਨੁਭਵ 'ਚ ਜ਼ਮੀਨ ਅਸਮਾਨ ਦਾ ਅੰਤਰ ਹੈ, ਆਪਾਂ ਦੋਵੇਂ ਹੀ ਅਸ਼ਾਂਤ ਹਾਂ। ਮੈਂ ਜਾਣਦਾ, ਮੈਂ ਇਹ ਵੀ ਜਾਣਦਾ ਕਿ ਆਪਾਂ ਦੋਵੇਂ ਮਿਲ ਕੇ ਜ਼ਿੰਦਗੀ 'ਚ ਸ਼ਾਂਤੀ ਲਿਆ ਸਕਦੇ ਹਾਂ ਅਤੇ ਜ਼ਿੰਦਗੀ ਨੂੰ ਸੀਮਤ ਕਰ ਸਕਦੇ ਹਾਂ ਜੋ ਇੱਧਰ ਉੱਧਰ ਉਸਲ ਵੱਟੇ ਖਾ ਰਹੀ ਹੈ। ਉਹ ਇਹ ਸਭ ਕਿਉਂ ਕਹਿ ਰਿਹਾ ਸੀ? ਇਹ ਮੁਸ਼ਕਲ ਜ਼ਰੂਰ ਸੀ, ਫਿਰ ਵੀ ਸੱਚ ਸੀ।
ਉਹ ਤੋਂ ਪਹਿਲਾਂ ਇੱਕ ਹੀ ਵਾਰ ਮਿਲੇ ਸੀ ਅਤੇ ਹੁਣ ਉਹਨਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਦਾ ਅਹਿਸਾਸ ਹੋਣ ਲੱਗਾ। ਮਾਰੀਆ ਨੇ ਕਿਹਾ, ਮੈਂ ਇੱਕ ਤੋਹਫ਼ਾ ਚਾਹੁੰਦੀ ਹਾਂ। ਰੈਲਫ ਨੂੰ ਸਮਝ ਨਹੀਂ ਆਇਆ ਤੋਹਫ਼ਾ। ਉਸ ਰਾਤ ਦੇ ਪੈਸੇ ਤਾਂ ਉਹ ਦੇ ਚੁੱਕਿਆ ਟੈਕਸੀ ਵਿੱਚ ਹੀ, ਫਿਰ ਮਾਰੀਆ ਦਾ ਤੋਹਫ਼ਾ ਲੈਣ ਦਾ ਕੀ ਮਤਲਬ? ਮਾਰੀਆ ਨੇ ਉਸ ਸਮੇਂ ਅਚਾਨਕ ਇਹ ਜਾਣਿਆ ਕਿ ਉਹ ਕੀ ਚਾਹੁੰਦੀ ਹੈ, ਇੱਕ ਮਰਦ ਅਤੇ ਔਰਤ ਨੂੰ ਕੀ ਅਹਿਸਾਸ ਹੋਣਾ ਚਾਹੀਦਾ। ਉਹਨੇ ਉਹਦਾ ਹੱਥ ਫੜਿਆ ਅਤੇ ਉਹਨੂੰ ਕਮਰੇ 'ਚ ਲੈ ਗਈ। ਆਪਾਂ ਉੱਪਰ ਵਾਲੇ ਕਮਰੇ 'ਚ ਨਹੀਂ ਜਾਵਾਂਗੇ, ਮਾਰੀਆ ਬੋਲੀ। ਉਹਨੇ ਕਮਰੇ ਦੀਆਂ ਸਾਰੀਆਂ ਬੱਤੀਆਂ ਬੁਝਾ ਦਿੱਤੀਆਂ। ਜ਼ਮੀਨ 'ਤੇ ਵਿਛੀ ਚਟਾਈ 'ਤੇ ਬੈਠ ਗਈ। ਰੈਲਫ ਨੂੰ ਆਪਣੇ ਸਾਹਮਣੇ ਬੈਠਣ ਲਈ ਕਿਹਾ। ਉਹਨੇ ਵੇਖਿਆ ਕਿ ਕਮਰੇ 'ਚ ਅੱਗ ਜਲਾਉਣ ਵਾਲਾ ਖਾਨਾ ਹੈ। ਉਹਨੇ ਕਿਹਾ, ਅੱਗ ਜਲਾ ਦਿਓ, ਪਰ ਗਰਮੀ ਦਾ ਮੌਸਮ ਹੈ, ਅੱਗ ਜਲਾ ਦਿਓ। ਤੁਸੀਂ ਮੈਨੂੰ ਕਿਹਾ ਸੀ ਨਾ ਕਿ ਮੈਨੂੰ ਸਿਖਾ ਦਿਓ, ਉਹੀ ਕਰ ਰਹੀ ਹਾਂ। ਉਹਨੂੰ ਇੱਕ ਟੱਕ ਵੇਖਣ ਲੱਗਾ ਅਤੇ ਅਖਬਾਰਾਂ ਅਤੇ ਲੱਕੜਾਂ ਲੈ ਆਇਆ ਤਾਂ ਕਿ ਅੱਗ ਜਲਾਈ ਜਾਵੇ। ਫਿਰ ਉਹ ਰਸੋਈ 'ਚ ਵਿਸਕੀ ਲੈਣ ਗਿਆ ਤਾਂ ਮਾਰੀਆ ਨੇ ਟੋਕ ਦਿੱਤਾ ਕਿ ਤੁਸੀਂ ਮੈਨੂੰ ਪੁੱਛਿਆ ਮੈਨੂੰ ਕੀ ਚਾਹੀਦਾ? ਨਹੀਂ, ਤੁਸੀਂ ਜਿਸ ਵਿਅਕਤੀ ਦੇ ਨਾਲ ਹੋ ਉਹਦਾ ਵੀ ਅਸਤਿਤਵ ਹੈ, ਉਹਦੀਆਂ ਵੀ ਇੱਛਾਵਾਂ ਹਨ। ਜਿਉਂਦੀ ਜਾਗਦੀ ਆਤਮਾ ਤੁਹਾਡੇ ਸਾਹਮਣੇ ਹੈ, ਉਹਦਾ ਵੀ ਆਪਾ ਹੈ। ਰੈਲਫ ਨੇ ਮਾਫ਼ੀ ਮੰਗੀ ਅਤੇ ਪੁੱਛਿਆ, ਦੱਸੋ ਕੀ ਚਾਹੀਦਾ? ਮੈਨੂੰ ਕੌਫੀ ਚਾਹੀਦੀ ਹੈ। ਅੱਗ ਸੁਲਗਣ ਲੱਗੀ। ਮਾਰੀਆ ਨੇ ਬਾਕੀ ਬੱਚੀਆਂ ਬੱਤੀਆਂ ਵੀ ਬੰਦ ਕਰ ਦਿੱਤੀਆਂ, ਜਿਸ ਨਾਲ ਸਾਰੇ ਕਮਰੇ 'ਚ ਅੱਗ ਦੀਆਂ ਲਪਟਾਂ ਦੀ ਰੌਸ਼ਨੀ ਫੈਲ ਗਈ। ਮਾਰੀਆ ਨੇ ਬੜੀ ਸਹਿਜਤਾ ਨਾਲ ਉਹਦੇ ਹੱਥ 'ਤੇ ਪੈੱਨ ਰੱਖਿਆ ਅਤੇ ਕਿਹਾ, ਮੈਂ ਤੁਹਾਡੀ ਪਸੰਦ ਦੀ ਕੋਈ ਚੀਜ਼ ਖਰੀਦ ਕੇ ਤੁਹਾਨੂੰ ਦੇ ਰਹੀ ਹਾਂ ਜੋ ਮੇਰੀ ਹੈ, ਸੱਚਮੁੱਚ ਮੇਰੀ। ਮੇਰੇ ਸਾਹਮਣੇ ਜੋ ਵਿਅਕਤੀ ਸਨਮਾਨ ਦਿਖਾ ਰਿਹਾ ਉਹ ਮੇਰੇ ਲਈ ਵੀ ਮਹੱਤਵਪੂਰਨ ਹੈ। ਹੁਣ ਮੈਂ ਤੁਹਾਨੂੰ ਮੇਰੀ ਜ਼ਿੰਦਗੀ ਦਾ ਛੋਟਾ ਜਿਹਾ ਹਿੱਸਾ ਦੇ ਦਿੱਤਾ ਹੈ, ਆਪਣੀ ਇੱਛਾ ਤੋਂ ਮੁਕਤ ਹੋ ਕੇ। ਰੈਲਫ ਉੱਠਿਆ, ਰੌਸ਼ਨੀ ਤੱਕ ਗਿਆ, ਕੁਝ ਲੈ ਕੇ ਵਾਪਸ ਆ ਗਿਆ। ਮਾਰੀਆ ਵੱਲ ਵਧਿਆ, ਆਖਣ ਲੱਗਾ, ਇਹ ਬਿਜਲੀ ਨਾਲ ਚੱਲਣ ਵਾਲੀ ਰੇਲ ਗੱਡੀ ਦਾ ਡੱਬਾ ਹੈ। ਮੈਨੂੰ ਇਹਦੇ ਨਾਲ ਇਕੱਲਾ ਖੇਡਣ ਕਦੀ ਨਹੀਂ ਦਿੱਤਾ ਗਿਆ, ਕਿਉਂਕਿ ਮੇਰੇ ਪਿਤਾ ਦੇ ਮੁਤਾਬਕ ਇਹਨੂੰ ਅਮਰੀਕਾ ਤੋਂ ਮੰਗਵਾਇਆ ਗਿਆ ਸੀ। ਇਹ ਬਹੁਤ ਮਹਿੰਗਾ ਵੀ ਹੈ, ਇਸ ਲਈ ਮੈਂ ਇੰਤਜ਼ਾਰ ਕਰਦਾ ਰਹਿੰਦਾ ਸੀ ਕਿ ਕਦੋਂ ਉਹ ਇਹਨੂੰ ਮੈਨੂੰ ਦੇਣ, ਮੈਂ ਇਹਦੇ ਨਾਲ ਖੇਡ ਸਕਾਂ। ਪਰ ਜ਼ਿਆਦਾਤਰ ਐਤਵਾਰ ਨੂੰ ਉਹ ਰੇਡੀਓ ਸੁਣਨ 'ਚ ਰੁੱਝੇ ਰਹਿੰਦੇ। ਰੇਲ ਗੱਡੀ ਨਾਲ ਮੇਰਾ ਪੂਰਾ ਬਚਪਨ ਬੀਤ ਗਿਆ, ਬਿਨਾਂ ਖੇਡੇ ਕੇਵਲ ਇਸ ਰੇਲ ਗੱਡੀ ਦੇ ਖਿਡੌਣੇ ਨੂੰ ਵੇਖਦੇ ਵੇਖਦੇ। ਇਹ ਰੇਲ ਗੱਡੀ ਮੈਨੂੰ ਕਦੀ ਖੁਸ਼ੀ ਨਹੀਂ ਦੇ ਸਕੀ। ਹੁਣ ਮੈਂ ਸੋਚਦਾ ਕਿ ਜੇਕਰ ਮੈਂ ਇਸ ਨਾਲ ਖੇਡਿਆ ਹੁੰਦਾ ਤਾਂ ਮੈਨੂੰ ਕਦੋਂ ਦਾ ਨਸ਼ਟ ਕਰ ਦਿੰਦਾ, ਜਿਵੇਂ ਮੈਂ ਮੇਰੇ ਬਾਕੀ ਖਿਡੌਣਿਆਂ ਨੂੰ ਕੀਤਾ। ਇਹ ਬਹੁਤ ਕੀਮਤੀ ਹੈ, ਮੇਰੇ ਬਚਪਨ ਦਾ ਬਚਿਆ ਹੋਇਆ ਆਖਰੀ ਖਿਡੌਣਾ। ਇਹ ਮੇਰੇ ਪਿਆਰ ਦਾ ਤੋਹਫ਼ਾ ਤੇਰੇ ਲਈ। ਮਾਰੀਆ ਸੁਲਗਦੀ ਹੋਈ ਅੱਗ ਨੂੰ ਇੱਕ ਟੱਕ ਵੇਖਦੀ ਰਹੀ। ਕੁਝ ਹੋ ਰਿਹਾ ਸੀ, ਤੋਹਫ਼ਿਆਂ ਦੇ ਆਦਾਨ ਪ੍ਰਦਾਨ ਤੋਂ ਇਲਾਵਾ ਰੈਲਫ ਵੀ ਅੱਗ ਨੂੰ ਵੇਖ ਰਿਹਾ ਸੀ, ਪਰ ਉਹ ਇੱਕ ਦੂਜੇ ਦੇ ਆਹਮੋ ਸਾਹਮਣੇ ਬੈਠੇ ਇੱਕ ਦਿਸ਼ਾ 'ਚ ਵੇਖ ਕੇ ਅੰਤਰ ਲੱਭ ਰਹੇ ਸਨ। ਮੇਰੀ ਜ਼ਿੰਦਗੀ 'ਚ ਰੇਲ ਗੱਡੀ ਵਰਗੇ ਖਿਡੌਣੇ ਨਹੀਂ ਰਹੇ। ਕੁਝ ਦੇਰ ਬਾਅਦ ਮਾਰੀਆ ਨੇ ਕਿਹਾ, ਜਿਨ੍ਹਾਂ ਵਿੱਚੋਂ ਇੱਕ ਮੇਰਾ ਦਿਲ ਹੈ, ਮੈਂ ਇਹਦੇ ਨਾਲ ਉਦੋਂ ਹੀ ਖੇਡ ਲਿਆ ਸੀ ਜਦੋਂ ਦੁਨੀਆ ਦੀ ਪਟੜੀ ਵਿਛੀ ਵੀ ਨਹੀਂ ਸੀ। ਪਰ ਤੂੰ ਪਿਆਰ ਤਾਂ ਕੀਤਾ ਸੀ? ਹਾਂ, ਮੈਂ ਪਿਆਰ ਕੀਤਾ ਸੀ, ਮੈਂ ਬਹੁਤ ਪਿਆਰ ਕੀਤਾ ਸੀ। ਮੈਂ ਇੰਨਾ ਪਿਆਰ ਕੀਤਾ ਕਿ ਜਦੋਂ ਮੇਰੇ ਪ੍ਰੇਮੀ ਨੇ ਤੋਹਫ਼ਾ ਮੰਗਿਆ ਤਾਂ ਮੈਂ ਡਰ ਕੇ ਭੱਜ ਗਈ। ਮੈਂ ਸਮਝਿਆ ਨਹੀਂ, ਤੁਹਾਨੂੰ ਸਮਝਣ ਦੀ ਜ਼ਰੂਰਤ ਵੀ ਨਹੀਂ, ਮੈਂ ਤੁਹਾਨੂੰ ਸਿਖਾ ਦਿਆਂਗੀ, ਕਿਉਂਕਿ ਮੈਂ ਹੁਣ ਉਹਨੂੰ ਪਾਇਆ ਜਿਹਦੇ ਬਾਰੇ ਮੇਰੀ ਕਲਪਨਾ ਸੀ। ਆਪਣਾ ਕੁਝ ਵੀ ਕਿਸੇ ਨੂੰ ਦੇ ਦੇਣਾ ਕਿਸੇ ਖਜ਼ਾਨੇ ਦੇ ਲੁੱਟਣ ਨਾਲੋਂ ਘੱਟ ਨਹੀਂ ਹੁੰਦਾ। ਮੈਂ ਤੁਹਾਨੂੰ ਮੇਰਾ ਖਜ਼ਾਨਾ ਦਿੱਤਾ ਹੈ, ਮੇਰਾ ਪੈੱਨ ਜਿਹਨੂੰ ਸੁਪਨਿਆਂ ਦੇ ਕਾਗਜ਼ 'ਤੇ ਉਤਾਰਨਾ ਹੈ, ਅਤੇ ਜ਼ਿੰਮੇਵਾਰੀ ਤੁਹਾਡੇ ਉੱਪਰ ਹੈ। ਮੇਰੇ ਕੋਲ ਵੀ ਹੈ ਤੁਹਾਡੇ ਬਚਪਨ ਦਾ ਹਿੱਸਾ, ਰੇਲ ਗੱਡੀ ਦਾ ਡੱਬਾ, ਜਿਹਨੇ ਜ਼ਿੰਦਗੀ ਦੀ ਪਟੜੀ 'ਤੇ ਨੱਠਣਾ। ਮੈਂ ਤੁਹਾਡੀ ਜ਼ਿੰਦਗੀ ਦਾ ਉਹ ਹਿੱਸਾ ਪਾ ਲਿਆ ਜੋ ਤੁਸੀਂ ਨਹੀਂ ਪਾ ਸਕੇ। ਮੇਰੇ ਨਾਲ ਤੁਹਾਡੇ ਅਤੀਤ ਦਾ ਹਿੱਸਾ ਹੈ, ਅਤੇ ਤੁਹਾਡੇ ਕੋਲ ਮੇਰਾ ਇੱਕ ਛੋਟਾ ਜਿਹਾ ਉਪਹਾਰ। ਕਿੰਨੀ ਸੋਹਣੀ ਗੱਲ ਹੈ ਨਾ, ਉਹ ਬਿਨਾਂ ਪਲਕਾਂ ਝਪਕਾਏ ਹੋਏ ਕਹਿ ਰਹੀ ਸੀ।
ਬਿਨਾਂ ਹੈਰਾਨ ਹੋਏ ਜਿਵੇਂ ਉਹ ਸਭ ਕੁਝ ਜਾਣਦੀ ਹੋਵੇ ਅਤੇ ਮੇਰੇ ਨਾਲ ਹੀ ਪਲ ਰਹੀ ਹੋਵੇ, ਰੈਲਫ ਨੇ ਸੋਚਿਆ। ਮੈਂ ਕਦੀ ਸਮਝ ਨਹੀਂ ਪਾਇਆ ਕਿ ਉਹ ਡੱਬਾ ਹੁਣ ਤੱਕ ਮੈਂ ਕਿਉਂ ਸੰਭਾਲ ਕੇ ਰੱਖਿਆ, ਪਰ ਹੁਣ ਮੈਂ ਜਾਣ ਗਿਆ। ਮੈਂ ਸੁਲਗਦੀ ਹੋਈ ਅੱਗ ਸਾਹਮਣੇ ਤੈਨੂੰ ਕੁਝ ਦੇਣਾ ਸੀ, ਹੁਣ ਮੈਨੂੰ ਮੇਰਾ ਘਰ ਹਲਕਾ ਲੱਗ ਰਿਹਾ। ਮਾਰੀਆ ਨੇ ਕਿਹਾ ਕਿ ਅਗਲੇ ਦਿਨ ਉਹ ਰੇਲ ਗੱਡੀ ਦੇ ਬਾਕੀ ਹਿੱਸੇ, ਪਟਰੀ, ਇੰਜਨ, ਧੂੰਆਂ ਉਹ ਵੀ ਦੇ ਦੇਵੇ, ਪਰ ਇਹ ਤਾਂ ਕੀਮਤੀ ਵਸਤੂ ਹੈ, ਸ਼ਾਇਦ ਹੁਣ ਬਣਾਈ ਵੀ ਨਾ ਜਾਂਦੀ ਹੋਵੇ, ਮਾਰੀਆ ਨੇ ਕਿਹਾ। ਪਰ ਉਹਨੂੰ ਤੁਰੰਤ ਆਪਣੀ ਇਸ ਗੱਲ ਦਾ ਪਛਤਾਵਾ ਹੋਣ ਲੱਗਾ। ਰੈਲਫ ਉੱਠਿਆ, ਉਹਨੇ ਦਰਵਾਜ਼ਾ ਖੋਲ੍ਹਿਆ। ਮਾਰੀਆ ਨੂੰ ਇਵੇਂ ਲੱਗ ਰਿਹਾ ਸੀ ਜਿਵੇਂ ਉਹਨਾਂ ਨੇ ਬਹੁਤ ਪਿਆਰ ਕੀਤਾ ਹੋਵੇ, ਪਰ ਰੈਲਫ ਨੇ ਨਾ ਉਹਦੇ ਕੱਪੜੇ ਉਤਾਰੇ, ਨਾ ਸੈਕਸ ਕੀਤਾ, ਸਿਰਫ ਪਿਆਰ ਕੀਤਾ, ਜਿਸ ਤੋਂ ਉਹ ਦੋਵੇਂ ਸੰਤੁਸ਼ਟ ਸਨ। ਮਾਰੀਆ ਨੇ ਰੈਲਫ ਨੂੰ ਆਖਿਆ ਉਹਨੂੰ ਘਰ ਛੱਡ ਆਉਣ। ਉਹ ਮਾਰੀਆ ਨੂੰ ਘਰ ਛੱਡ ਗਿਆ ਅਤੇ ਉਹਨੇ ਕਿਹਾ ਕੱਲ੍ਹ ਕੋਪਾਕਬਾਨਾ ਮਿਲਦੇ ਹਾਂ। ਤਾਂ ਮਾਰੀਆ ਨੇ ਇਨਕਾਰ ਕਰ ਦਿੱਤਾ ਅਤੇ ਆਖਿਆ ਤੁਸੀਂ ਉਡੀਕ ਕਰੋ ਇੱਕ ਹਫ਼ਤੇ ਦੀ, ਹੁਣ ਮੈਨੂੰ ਤੁਹਾਡਾ ਮੇਰੇ ਲਈ ਇੰਤਜ਼ਾਰ ਕਰਨਾ ਚੰਗਾ ਲੱਗ ਰਿਹਾ ਅਤੇ ਮੈਂ ਇਸ ਇੰਤਜ਼ਾਰ ਨੂੰ ਗੁਆਉਣਾ ਨਹੀਂ ਚਾਹੁੰਦੀ। ਮੈਂ ਇੰਤਜ਼ਾਰ ਦੀ ਆਦਤ ਪਾਉਣਾ ਚਾਹੁੰਦੀ ਹਾਂ, ਪਰ ਤੁਸੀਂ ਜਾਣਦੇ ਹੋ ਤੁਸੀਂ ਮੇਰੇ ਨਾਲ ਹਰ ਪਲ ਰਹੋਗੇ, ਹੁਣ ਵੀ ਹੋ, ਉਦੋਂ ਵੀ ਹੋਗੇ ਜਦੋਂ ਤੁਸੀਂ ਵਾਪਸ ਆਪਣੇ ਘਰ ਜਾਓਗੇ। ਧੰਨਵਾਦ, ਚੱਲਦਾ।